ਗੱਲਬਾਤ ਕਰਾਂਗੇ ਅਮਰਿਤਪਾਲ ਸਿੰਘ ਦੇ ਖਾਲਸਾ ਵਹਿਰ ਯਾਤਰਾ ਬਾਰੇ ਸ਼ਾਮ ਦੇ ਕਰੀਬ 6:30 ਵਜੇ ਜੰਡਿਆਲਾ ਦੇ ਖੇਤਾਂ ਵਿੱਚ ਬਣੇ ਗੁਰਦੁਆਰਾ ਨਾਨਕਸਰ ਦੇ ਬਾਹਰ ਪੰਡਾਲ ਵਿੱਚ ਇੱਕ ਅਨਾਉਂਸਮੈਂਟ ਹੁੰਦੀ ਹੈ ਮੀਡੀਆ ਵਾਲੇ ਆਪਣੇ ਕੈਮਰੇ ਬੰਦ ਕਰ ਦੇਣ ਅਤੇ ਸਮਾਗਮ ਤੋਂ ਬਾਹਰ ਚਲੇ ਜਾਣ ਇਸ ਤੋਂ ਬਾਅਦ ਸਮਾਗਮ ਦੇ ਵਿੱਚ ਮੌਜੂਦ ਸੰਗਤਾਂ ਨੂੰ ਆਖਿਆ ਜਾਂਦਾ ਹੈ ਕਿ ਉਹ ਆਪਣੇ ਮੋਬਾਈਲ ਫੋਨਾਂ ਨੂੰ ਵੀ ਬੰਦ ਕਰ ਦੇਣ ਕਿਉਂਕਿ ਸਮਾਗਮ ਦੇ ਵਿੱਚ ਵੀਡੀਓਗ੍ਰਾਫੀ ਕਰਨ ਦੀ ਮਨਾਹੀ ਹੈ ਕੋਈ ਵੀ ਵਿਅਕਤੀ ਮੋਬਾਈਲ ਫੋਨ ਦਾ ਇਸਤੇਮਾਲ ਨਾ ਕਰੇ ਇਸ ਦੇ ਲਈ ਕੁਝ ਨੌਜਵਾਨ ਪੰਡਾਲ ਵਿੱਚ ਮੌਜੂਦ ਸੰਗਤ ਉੱਤੇ ਬਕਾਇਦਾ ਨਜ਼ਰ ਰੱਖਦੇ ਦੇਖੇ ਜਾ ਸਕਦੇ ਹਨ ਇਹ ਸਾਰਾ ਦ੍ਰਿਸ਼ ਜੰਡਿਆਲਾ ਗੁਰੂ ਦੇ ਗੁਰਦੁਆਰਾ ਨਾਨਕ ਸਰ ਦੇ ਬਾਹਰ ਖੇਤਾਂ ਵਿੱਚ ਬਣੇ ਪੰਡਾਲ ਦਾ ਸੀ ਜਿੱਥੇ ਖਾਲਸਾ ਵਹੀਰ ਯਾਤਰਾ ਦਾ ਪਹਿਲਾ ਪੜਾ ਸੀ ਜਿੱਥੇ ਸੰਗਤਾਂ ਦੇ ਰਾਤ ਠਹਿਰਨ ਦਾ ਪ੍ਰਬੰਧ ਜੋ ਹਉ ਕੀਤਾ ਗਿਆ ਸੀ ਵਾਰਿਸ ਪੰਜਾਬ ਦੇ ਚੌਥੇ ਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਸ਼ੁਰੂ ਹੋਈ ਖਾਲਸਾ ਵਹੀਰ ਅਕਾਲ ਤਖਤ ਤੋਂ 23 ਨਵੰਬਰ ਨੂੰ ਸ਼ੁਰੂ ਹੋਈ ਸੀ ਜੇਕਰ ਗੱਲ ਕਰੀਏ ਲੋਕਾਂ ਦੇ ਵਿੱਚ ਉਤਸ਼ਾਹ ਦੀ ਤਾਂ ਸੰਗਤ ਦੇ ਭਰਵੇਂ ਇਕੱਠ ਦੇ ਮੱਦੇਨਜ਼ਰ ਇੱਕ ਵੱਡਾ ਪੰਡਾਲ ਲਗਾਇਆ ਗਿਆ ਸੀ ਤੇ ਵੱਡੇ ਪੱਧਰ ਤੇ ਲੋਕਾਂ ਦੇ ਰਹਿਣ ਦਾ ਪ੍ਰਬੰਧ ਜੋਹਾ ਕੀਤਾ ਗਿਆ ਸੀ ਪਰ ਸੰਗਤ आज ਤੋਂ ਕਿਤੇ ਘੱਟ ਸੀ ਜਿਸ ਦੇ ਚਲਦਿਆਂ ਪੰਡਾਲ ਦਾ ਬਹੁਤਾ ਹਿੱਸਾ ਖਾਲੀ ਨਜ਼ਰ ਆ ਰਿਹਾ ਸੀ। ਇਸ ਸਮਾਗਮ ਵਿੱਚ ਮੌਜੂਦ ਨੌਜਵਾਨਾਂ ਦੇ ਵੱਲੋਂ ਉੱਥੇ ਮੌਜੂਦ ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਤੇ ਕੁਝ ਹੱਦ ਵਿੱਚ ਰਹਿ ਕੇ ਹੀ ਵਿਚਰਨ ਦੀ ਆਗਿਆ ਜੋ ਹੋ ਸੀ। ਲੋਕਾਂ ਦੇ ਲਈ ਕੁਝ ਸਮੇਂ ਲਈ ਗੁਰਦੁਆਰੇ ਦੇ ਦਰਵਾਜ਼ੇ ਵੀ ਬੰਦ ਕੀਤੇ ਗਏ। ਅੰਦਰ ਦਾਖਲ ਹੋਣ ਵਾਲਿਆਂ ਤੋਂ ਪਹਿਲਾਂ ਪੁੱਛਗਿੱਛ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁਰਦੁਆਰੇ ਵਿੱਚ ਜਾਣ ਦੀ ਆਗਿਆ ਦਿੱਤੀ ਗਈ। ਅਮਰਿਤਪਾਲ ਸਿੰਘ ਦੀ ਅਗਵਾਈ ਵਿੱਚ ਅੰਮ੍ਰਿਤਸਰ ਤੋਂ ਰਵਾਨਾ ਹੋਈ ਯਾਤਰਾ ਕਰੀਬ 7 ਵਜੇ ਜੰਡਿਆਲਾ ਗੁਰੂ ਪਹੁੰਚੀ ਸਭ ਤੋਂ ਪਹਿਲਾਂ ਅਮਰਿਤਪਾਲ ਸਿੰਘ ਗੁਰਦੁਆਰੇ ਗਏ ਅਤੇ ਕੁਝ ਸਮਾਂ ਉੱਥੇ ਹੀ ਬੈਠੇ ਆਮ ਲੋਕਾਂ ਦੇ ਅੰਦਰ ਜਾਣ ਦੀ ਮਨਾਹੀ ਸੀ ਗੁਰਦੁਆਰੇ ਦੇ ਮੁੱਖ 게ਟ ਉੱਤੇ ਕੁਝ ਨੌਜਵਾਨਾਂ ਨੇ ਅਸਲੇ ਦੇ ਨਾਲ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਕੁਝ ਲੋਕਾਂ ਨੂੰ ਤਸੱਲੀ ਤੋਂ ਬਾਅਦ ਗੁਰਦੁਆਰੇ ਜਾਣ ਦਿੱਤਾ ਵੀ ਗਿਆ ਪਰ ਮੀਡੀਆ ਕਰਮੀਆਂ ਤੇ ਪੂਰੀ ਤਰ੍ਹਾਂ ਰੋਕ ਸੀ ਇਸ ਦੌਰਾਨ ਅਮਰਿਤਪਾਲ ਨੇ ਪੁਲਿਸ ਕਰਮੀਆਂ ਦੇ ਨਾਲ ਗੱਲਬਾਤ ਕੀਤੀ ਤੇ ਪੰਡਾਲ ਵਿੱਚ ਚਲੇ ਗਏ ਅਮਰਿਤਪਾਲ ਸਿੰਘ ਦੇ ਪੰਡਾਲ ਵਿੱਚ ਆਉਣ ਤੋਂ ਬਾਅਦ ਹੀ ਮੰਚ ਉੱਤੇ ਕੈਮਰੇ ਬੰਦ ਕਰਵਾਉਣ ਦੀ ਅਨਾਉਂਸਮੈਂਟ ਪ੍ਰਬੰਧਕਾਂ ਦੇ ਵੱਲੋਂ ਕੀਤੀ ਗਈ ਸ਼ਾਮ ਸਮੇਂ ਕੀਰਤਨ ਸਮਾਗਮ ਹੋਇਆ ਤੇ 2 ਘੰਟੇ ਬਾਅਦ ਸਮਾਗਮ ਦੀ ਸਮਾਪਤੀ ਹੋਈ ਸਮਾਗਮ ਦੌਰਾਨ ਅਮਰਿਤਪਾਲ ਸਿੰਘ ਸ਼ਰਧਾਲੂਆਂ ਨੂੰ ਸੰਬੋਧਨ ਕਰਨ ਤੋਂ ਗੁਰੇਸ਼ ਕਰਦੇ ਹਨ ਜੇਕਰ ਹੁਣ ਗੱਲ ਕੀਤੀ ਜਾਵੇ ਯਾਤਰਾ ਦੇ ਮਕਸਦ ਦੀ ਤਾਂ ਖਾਸਾ ਵਹੀਰ ਯਾਤਰਾ ਪੰਜਾਬ ਵਿੱਚ ਕਰੀਬ 30 ਦਿਨ ਚੱਲੇਗੀ ਅਤੇ ਇਸ ਦੀ ਸਮਾਪਤੀ ਅਨੰਦਪੁਰ ਸਾਹਿਬ ਵਿਖੇ ਜਾ ਕੇ ਹੋਵੇਗੀ ਇਸ ਦੇ ਰਸਤੇ ਵਿੱਚ ਵੱਖ-ਵੱਖ ਥਾਵਾਂ ਤੇ 13 ਪੜਾ ਰੱਖੇ ਗਏ ਹਨ ਜਿੱਥੇ ਗੁਰਮਤਿ ਦਰਬਾਰ ਅਤੇ ਅੰਮ੍ਰਿਤ ਸੰਚਾਰ ਕਰਨ ਦਾ ਦਾਵਾ ਇਸ ਦੇ ਪ੍ਰਬੰਧਕਾਂ ਦੇ ਵੱਲੋਂ ਕੀਤਾ ਗਿਆ ਹੈ ਅਮਰਿਤਪਾਲ ਸਿੰਘ ਮੁਤਾਬਕ ਯਾਤਰਾ ਰੋਜ਼ਾਨਾ ਕਰੀਬ 20 ਕਿਲੋਮੀਟਰ ਦਾ ਫਾਸਲਾ ਚੋਹਾਉ ਤੈ ਕਰੇਗੀ। ਯਾਤਰਾ ਵਿੱਚ ਸਭ ਤੋਂ ਪਹਿਲਾਂ ਨਿਹੰਗ ਸਿੰਘ ਘੋੜਿਆਂ ਉੱਤੇ ਸਵਾਰ ਹੋ ਕੇ ਚੱਲਦੇ ਹਨ। ਇਸ ਤੋਂ ਬਾਅਦ ਇੱਕ ਬੱਸ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਭਿਤ ਹਨ ਉਹ ਚੱਲਦੀ ਹੈ। ਗੁਰੂ ਗ੍ਰੰਥ ਸਾਹਿਬ ਵਾਲੀ ਬੱਸ ਦੇ ਠੀਕ ਪਿੱਛੇ ਅਮਰਿਤਪਾਲ ਸਿੰਘ ਦੀ ਗੱਡੀ ਚੱਲਦੀ ਹੈ। ਇਸ ਗੱਡੀ ਦੇ ਦੋਵੇਂ ਪਾਸੇ ਹਥਿਆਰਾਂ ਦੇ ਨਾਲ ਲੈਸ ਨੌਜਵਾਨ ਲਟਕੇ ਹੋਏ ਦੇਖੇ ਜਾ ਸਕਦੇ ਸਨ। ਅਮਰਿਤਪਾਲ ਸਿੰਘ ਗੱਡੀ ਦੀ ਛੱਤ ਖੋਲ ਕੇ ਬਾਹਰ ਹੱਥ ਜੋੜ ਕੇ ਖੜੇ ਹੋ ਕੇ ਲੋਕਾਂ ਦੇ ਨਾਲ ਸੰਪਰਕ ਬਣਾਉਂਦੇ ਹਨ ਤੇ ਥੋੜੀ ਦੇਰ ਬਾਅਦ ਉਹ ਮੁੜ ਗੱਡੀ ਵਿੱਚ ਬੈਠ ਜਾਂਦੇ ਨੇ ਕਈ ਥਾਵਾਂ ਉੱਤੇ ਅਮਰਿਤਪਾਲ ਸਿੰਘ ਆਪਣੀ ਗੱਡੀ ਤੋਂ ਉੱਤਰ ਕੇ ਪਾਲਕੀ ਸਾਹਿਬ ਵਾਲੀ ਗੱਡੀ ਦੇ ਪਿੱਛੇ ਪੈਦਲ ਚੱਲਣਾ ਵੀ ਸ਼ੁਰੂ ਕਰ ਦਿੰਦੇ ਨੇ ਪਰ ਇਸ ਦੌਰਾਨ ਹਥਿਆਰਬੰਦ ਨੌਜਵਾਨ ਆਮ ਲੋਕਾਂ ਨੂੰ ਉਹਨਾਂ ਤੋਂ ਦੂਰ ਰੱਖਦੇ ਨੇ ਰਸਤੇ ਵਿੱਚ ਆਸ-ਪਾਸ ਦੇ ਲੋਕ ਗੁਰੂਗ੍ਰੰਥ ਸਾਹਿਬ ਅਗਨਤਮਸਤਕ ਹੁੰਦੇ ਹਨ ਹਾਲਾਂਕਿ ਅੰਮ੍ਰਿਤਪਾਲ ਸਿੰਘ ਨੇ ਯਾਤਰਾ ਬਾਰੇ ਦਾਵਾ ਕੀਤਾ ਹੈ ਕਿ ਇਸ ਵਿੱਚ ਸਾਰੇ ਧਰਮਾਂ ਦੇ ਲੋਕ ਜੋ ਹੋ ਸ਼ਾਮਲ ਹੋਣ ਪਰ ਇਸ ਯਾਤਰਾ ਦੇ ਪਹਿਲੇ 2 ਦਿਨ ਸਿੱਖ ਧਰਮ ਦੇ ਨਾਲ ਸੰਬੰਧਿਤ ਲੋਕ ਵਧੇਰੇ ਨਜ਼ਰ ਆਏ ਯਾਤਰਾ ਵਿੱਚ ਸ਼ਾਮਲ ਨੌਜਵਾਨ ਵਿੱਚ ਵਿੱਚ ਖਾਲਿਸਤਾਨ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਵੀ ਕਰਦੇ ਹੋਏ ਦਿਖਾਈ ਦਿੱਤੇ ਪਹਿਲੇ ਦਿਨ ਦੇ ਪ੍ਰਾਤ ਬਾਅਦ ਯਾਤਰਾ ਦਾ ਦੂਜਾ ਦਿਨ ਸ਼ੁਰੂ ਹੁੰਦਾ ਦੁਪਹਿਰ ਕਰੀਬ 1.5 ਵਜੇ ਜ਼ੁਰਾਂ ਚੰਡੀਆਣਾ ਗੁਰੂ ਤੋਂ ਜਦੋਂ ਯਾਤਰਾ ਨਿਕਲਦੀ ਹੈ ਤੇ ਅੰਮ੍ਰਿਤਪਾਲ ਸਿੰਘ ਕੁਝ ਸਮਾਂ ਪਾਲਕੀ ਦੇ ਪਿੱਛੇ ਪੈਦਲ ਚੱਲਦੇ ਨੇ ਤੇ ਕੁਝ ਸਮੇਂ ਬਾਅਦ ਉਹ ਆਪਣੀ ਗੱਡੀ ਉੱਤੇ ਸਵਾਰ ਹੋ ਜਾਂਦੇ ਨੇ ਯਾਤਰਾ ਦਾ ਦੂਜਾ ਦਿਨ ਦਾ ਪੜਾ ਡੰਡਵਾਣਾ ਵਿਖੇ ਹੈ ਇਹ ਯਾਤਰਾ ਜੋ ਹੈ ਉਹ ਮਹਿਤਾ ਚੌਂਕ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਸultanpur Lodi ਕਪੂਰਥਲਾ ਜਲੰਧਰ ਫਗਵਾੜਾ ਨਵਾਂ ਸ਼ਹਿਰ ਹੁੰਦੀ ਹੋਈ ਸ਼੍ਰੀਨੰਦਪੁਰ ਸਾਹਿਬ ਵਿਖੇ ਸਮਾਪਤ ਹੋ ਗਈ ਵਾਰਿਸ ਪੰਜਾਬ ਦੇ ਪ੍ਰਧਾਨ ਅਮਰਿਤਪਾਲ ਸਿੰਘ ਮੁਤਾਬਕ ਅਨੰਦਪੁਰ ਸਾਹਿਬ ਤੋਂ ਖਾਲਸਾ ਵਹੀਰ ਦਾ ਅਗਲਾ ਰੂਟ ਦਮਦਮਾ ਸਾਹਿਬ ਹੋਵੇਗਾ ਯਾਤਰਾ ਉਤੇ ਪੰਜਾਬ ਪੁਲਿਸ ਦੀ ਨਜ਼ਰ ਵੀ ਹੈ ਪੁਲਿਸ ਦੀ ਇੱਕ ਗੱਡੀ ਯਾਤਰਾ ਦੇ ਨਾਲ ਨਾਲ ਚਲਦੀ ਦੇਖੀ ਜਾ ਸਕਦੀ ਹੈ ਗੱਲ ਕਰਦੇ ਆ ਕਿ ਆਮ ਲੋਕਾਂ ਦੀ ਖਾਲਸਾ ਵਹੀਰ ਬਾਰੇ ਕੀ رائے ਹੈ ਜੁੰਡਿਆਲਾ ਗੁਰੂ ਦੇ ਮੁੱਖ ਹਾਈਵੇ ਉਤੇ 50 ਸਾਲ ਦੀ ਦਵਿੰਦਰ ਕੌਰ ਆਪਣੇ ਪੁੱਤਰ ਦਾ ਇੰਤਜ਼ਾਰ ਕਰ ਰਹੀ ਸੀ ਇਨੇਵਿਚ ਯਾਤਰਾ ਦਾ ਕਾਫਲਾ ਉੱਥੇ ਆਉਂਦਾ ਹੈ ਤਾਂ ਉਹ ਗੁਰੂਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੇ ਨੇ ਉਹ ਕੋਲ ਖੜੇ ਇੱਕ ਨੌਜਵਾਨ ਨੂੰ ਯਾਤਰਾ ਬਾਰੇ ਪੁੱਛਦੇ ਨੇ ਜੋ ਅੰਮ੍ਰਿਤਪਾਲ ਸਿੰਘ ਵੱਲੋਂ ਕੱਢੀ ਅਸ ਵਹੀਰ ਬਾਰੇ ਜਾਣਕਾਰੀ ਦਿੰਦਾ ਹੈ ਦਵਿੰਦਰ ਕੌਰ ਥੋੜੀ ਦੇਰ ਚੁੱਪ ਰਹਿਣ ਤੋਂ ਬਾਅਦ ਕਹਿੰਦੇ ਨੇ ਕਿ ਪਤਾ ਨਹੀਂ ਇੱਥੇ ਕਿੰਨੇ ਅੰਮ੍ਰਿਤਪਾਲ ਆਏ ਅਤੇ ਚਲੇ ਗਏ ਉਹ ਕਹਿੰਦੇ ਨੇ ਕਿ ਮੈਂ ਇਸ ਦੀਆਂ ਵੀਡੀਓ ਇੰਟਰਨੈਟ ਉੱਤੇ ਦੇਖੀਆਂ ਸਨ ਪਰ ਮੈਨੂੰ ਇਹ ਪਸੰਦ ਨਹੀਂ ਆ ਕਿਉਂਕਿ ਇਹ ਹਥਿਆਰਾਂ ਦੀ ਗੱਲ ਕਰਦਾ ਹੈ ਪੰਜਾਬ ਸពਦਾ ਸਾਂਝਾ ਹੈ ਇਹ ਕਿਸੇ ਇੱਕ ਧਰਮ ਦੇ ਨਾਲ ਸੰਬੰਧਿਤ ਲੋਕਾਂ ਦਾ ਨਹੀਂ ਹੈ ਉਹ ਕਹਿੰਦੇ ਨੇ ਕਿ ਜੇਕਰ ਧਰਮ ਪ੍ਰਚਾਰ ਕਰਨਾ ਹੈ ਤਾਂ ਉਹ ਠੀਕ ਹੈ ਪਰ ਨਫ਼ਰਤ ਪੈਦਾ ਕਰਨੀ ਠੀਕ ਨਹੀਂ ਹੈ ਅੰਮ੍ਰਿਤਸਰ ਦੇ ਰਹਿਣ ਵਾਲੇ ਮਨੀਸ਼ ਕੋਲੀ ਆਖਦੇ ਨੇ ਕਿ ਜੇਕਰ ਅਮ੍ਰਿਤਪਾਲ ਸਿੰਘ ਧਰਮ ਪ੍ਰਚਾਰ ਦਾ ਕੰਮ ਕਰ ਰਿਹਾ ਹੈ ਤਾਂ ਉਹ ਠੀਕ ਹੈ ਪਰ ਜੇਕਰ ਉਹ ਹਿੰਸਾ ਦੀ ਗੱਲ ਕਰੇਗਾ ਤਾਂ ਉਹ ਗਲਤ ਹੈ ਅਤੇ ਅਸੀਂ ਇਸ ਦੇ ਖਿਲਾਫ ਹਾਂ ਅਮਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਹਥਿਆਰਾਂ ਦੇ ਪ੍ਰਦਰਸ਼ਨ ਕਰਨ ਨੂੰ ਵੀ ਮਨੀਸ਼ ਜਾਇਜ਼ ਨਹੀਂ ਮੰਨਦੇ ਪੇਸ਼ੇ ਤੋਂ ਵਕੀਲ ਮਨੀਸ਼ ਕੋਲੀ ਕਹਿੰਦੇ ਨੇ ਕਿ ਸਰਕਾਰ ਨੂੰ ਹਥਿਆਰਾਂ ਨੂੰ ਲੈ ਕੇ ਸਖਤੀ ਕਰਨੀ ਚਾਹੀਦੀ ਹੈ ਸੋਸ਼ਲ ਮੀਡੀਆ ਉੱਤੇ ਗੱਲਾਂ ਨੂੰ ਵਧਾ ਚੜਾ ਕੇ ਦੱਸਿਆ ਜਾਂਦਾ ਹੈ ਜਦਕਿ ਹਕੀਕਤ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੁੰਦਾ ਰਾਕੇਸ਼ ਕੁਮਾਰ ਆਖਦੇ ਨੇ ਕਿ ਢੜਕਾਉ ਭਾਸ਼ਣ ਦੇਣੇ ਸਹੀ ਨਹੀਂ ਸਰਕਾਰਾਂ ਇਹਨਾਂ ਉੱਤੇ ਕੋਈ ਕਾਰਵਾਈ ਨਹੀਂ ਕਰਦੀਆਂ ਇਸ ਕਰਕੇ ਇਹ ਸਰਕਾਰਾਂ ਦੀ ਸ਼ੈ ਉੱਤੇ ਹੀ ਬੋਲਦੇ ਹਨ ਆਮ ਬੰਦੇ ਨੂੰ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਕਿਹਾ ਹੈ ਕਿ ਅਜਿਹੇ ਭੜਕਾਊ ਬਿਆਨ ਦੇਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਚੋ ਹੋਣੀ ਚਾਹੀਦੀ ਹੈ ਭਾਵੇਂ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਕਿਉਂ ਨਾ ਹੋਵੇ ਕਿਉਂਕਿ ਪੰਜਾਬ ਦਾ ਮਾਹੌਲ ਇਸ ਦੇ ਨਾਲ ਖਰਾਬ ਹੋ ਰਿਹਾ ਹੈ ਉਹ ਕਹਿੰਦੇ ਨੇ ਕਿ ਸਿੱਖੀ ਦਾ ਪ੍ਰਚਾਰ ਕਰਨਾ ਚਾਇਜ਼ ਹੈ ਪਰ ਲੋਕਾਂ ਨੂੰ ਪੜ੍ਹਾਉਣਾ ਸਹੀ ਨਹੀਂ ਹੈ ਰਕੇਸ਼ ਕੁਮਾਰ ਕਹਿੰਦੇ ਨੇ ਕਿ ਲੋਕਤੰਤਰ ਦੇ ਵਿੱਚ ਬੋਲਣ ਦਾ ਅਧਿਕਾਰ ਸਭ ਨੂੰ ਹੈ ਪਰ ਸ਼ਰਯਾਮ ਹਥਿਆਰ ਚੁੱਕ ਕੇ ਫਿਰਨਾ ਜੋ ਹੈ ਉਹ ਠੀਕ ਨਹੀਂ ਹੈ ਪਟਿਆਲਾ ਤੋਂ ਖਾਲਸਾ ਵਹਿਰ ਵਿੱਚ ਸ਼ਾਮਲ ਹੋਣ ਲਈ ਆਏ ਨੌਜਵਾਨ ਪਰਮਿੰਦਰ ਬਿਰਸਿੰਘ ਆਖਦੇ ਨੇ ਕਿ ਸਾਨੂੰ ਖਾਲਿਸਤਾਨ ਨਹੀਂ ਖਾਲਸਾ ਰਾਜ ਚਾਹੀਦਾ ਜਿਸ ਵਿੱਚ ਹਰ ਧਰਮ ਅਤੇ ਵਰਗ ਦਾ ਸਨਮਾਨ ਹੋਵੇ ਇਕ ਨੌਜਵਾਨ ਪਰਮਿੰਦਰबीर ਸਿੰਘ ਕਹਿੰਦੇ ਨੇ ਕਿ ਅਮਰਿਤਪਾਲ ਸਿੰਘ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਕੰਮ ਕਰ ਰਹੇ ਹਨ ਉਹ ਠੀਕ ਹੈ। ਰਾਜਨੀਤਿਕ ਲੋਕ ਇਹਨਾਂ ਬਾਰੇ ਗਲਤ ਪ੍ਰਚਾਰ ਕਰ ਰਹੇ ਨੇ ਫਿਲਹਾਲ ਤਾਂ ਸਾਨੂੰ ਇਹ ਹੀ ਲੱਗਦਾ ਹੈ ਠੀਕ ਲੱਗਦਾ ਹੈ ਕਿ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਨੌਜਵਾਨ ਦਲਪ੍ਰੀਤ ਸਿੰਘ ਆਖਦੇ ਨੇ ਕਿ ਪੰਜਾਬ ਬਰਬਾਦੀ ਵੱਲ ਵਧ ਰਿਹਾ ਹੈ। ਨੌਜਵਾਨ ਵਰਗ ਨਸ਼ੇ ਵਿੱਚ ਫਸਦਾ ਜਾ ਰਿਹਾ ਹੈ। ਉਹ ਆਖਦੇ ਨੇ ਕਿ ਅਮਰਿਤਪਾਲ ਸਿੰਘ ਨੌਜਵਾਨਾਂ ਨੂੰ ਚੰਗੇ ਰਸਤੇ ਉੱਤੇ ਲਿਆਉਣ ਦਾ ਕੰਮ ਕਰ ਰਿਹਾ ਹੈ ਇਸ ਕਰਕੇ ਉਹ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਏ ਹਨ। ਮਨਦੀਪ ਸਿੰਘ ਦੇ ਵੱਲ ਵਾਲ ਜੋ ਹੈ ਉਹ ਇਕੱਟੇ ਹੋਏ ਹਨ ਪਰ ਉਹ ਆਖਦਾ ਹੈ ਕਿ ਉਸ ਉੱਤੇ ਅਮਰਿਤਪਾਲ ਸਿੰਘ ਦੇ ਵਿਚਾਰਾਂ ਦਾ ਪ੍ਰਭਾਵ ਹੈ ਤੇ ਉਹ ਅਮਰਿਤ ਛੱਕਣਗੇ ਉਹਨਾਂ ਆਖਿਆ ਕਿ ਨੌਜਵਾਨ ਅਮਰਿਤਪਾਲ ਕਰਕੇ ਜਦੋਂ ਸਿੰਘ ਸੱਜ ਗਏ ਤਾਂ ਫਿਰ ਇਕੱਠੇ ਹੋ ਕੇ ਸਰਕਾਰ ਤੋਂ ਆਪਣੇ ਹੱਕ ਮੰਗ ਸਕਣਗੇ